ਸੋ ਦੋਸਤੋ ਇਸ ਵੇਲੇ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸੋ ਦੋਸਤੋ ਖਬਰ ਇਹ ਹੈ ਕਿ ਜਿਹੜੀ ਪੁਲਿਸ ਹੈ ਉਹ ਸੁਖਪਾਲ ਸਿੰਘ ਖਹਿਰਾ ਨੂੰ ਅਰੈਸਟ ਕਰਨ ਦੇ ਲਈ ਉਹਨਾਂ ਦੇ ਘਰ ਉਹਨਾਂ ਦੇ ਬੈੱਡਰੂਮ ਤੱਕ ਪਹੁੰਚ ਚੁੱਕੀ ਹੈ। ਸੋ ਦੋਸਤੋ ਵੱਡੀ ਖਬਰ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ। ਤੁਹਾਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਖਿਲਾਫ ਹਮੇਸ਼ਾ ਬੋਲਦੇ ਰਹਿੰਦੇ ਸੀ, ਹਮੇਸ਼ਾ ਉਹ ਕੋਈ ਨਾ ਕੋਈ ਮੁੱਦਾ ਲੈ ਕੇ ਆਉਂਦੇ ਸੀ, ਤੱਥਾਂ ਦੇ ਆਧਾਰ 'ਤੇ ਗੱਲ ਕਰਦੇ ਸੀ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਰਾਘਵ ਚੱਡੇ ਦੇ ਵਿਆਹ ਨੂੰ ਲੈ ਕੇ ਤੱਥ ਸਾਹਮਣੇ ਲਿਆਉਂਦੇ ਸੀ ਕਿ ਜਿਹੜਾ ਬੰਦਾ 2.5 ਲੱਖ ਰੁਪਏ ਦੀ ਰਿਟਰਨ ਭਰਦਾ ਉਹ ਬੰਦਾ ਅੱਜ ਕਰੋੜਾਂ ਦਾ ਵਿਆਹ ਕਰਵਾ ਰਿਹਾ, ਵਿਆਹ ਦੇ ਉੱਤੇ ਕਰੋੜਾਂ ਦਾ ਖਰਚਾ ਕਰ ਰਿਹਾ, ਇਹ ਕਿਵੇਂ ਹੋ ਰਿਹਾ? ਸੋ ਦੋਸਤੋ ਇਸ ਤੋਂ ਬਾਅਦ ਹੁਣ ਜਿਹੜੀ ਇੱਕ ਵੱਡੀ ਖਬਰ ਇਹ ਸਾਹਮਣੇ ਆਈ ਹੈ, ਸੁਖਪਾਲ ਸਿੰਘ ਖਹਿਰਾ ਨੇ ਲਾਈਵ ਕਰਕੇ ਦਿਖਾਇਆ ਕਿ ਪੁਲਿਸ ਉਹਨਾਂ ਦੇ ਘਰੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਹੈ। ਸੋ ਦੋਸਤੋ ਗ੍ਰਿਫਤਾਰੀ ਦੇ ਕਾਰਨ ਹਾਲੇ ਤੱਕ ਨਹੀਂ ਪਤਾ ਲੱਗੇ। ਸੁਖਪਾਲ ਸਿੰਘ ਖਹਿਰਾ ਵੀ ਪੁਲਿਸ ਨੂੰ ਵਾਰ ਵਾਰ ਪੁੱਛਦੇ ਰਹੇ ਕਿ ਮੈਨੂੰ ਦੱਸੋ ਮੈਨੂੰ ਕਿਉਂ ਅਰੈਸਟ ਕੀਤਾ ਜਾ ਰਿਹਾ, ਪਰ ਦੋਸਤੋ ਪੁਲਿਸ ਕੁਛ ਨਹੀਂ ਦੱਸਦੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਵੇਲੇ ਦੀ ਵੱਡੀ ਖਬਰ ਕਿ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸੋ ਦੋਸਤੋ ਖਬਰ ਇਹ ਹੈ ਕਿ ਜਿਹੜੀ ਪੁਲਿਸ ਹੈ ਉਹ ਸੁਖਪਾਲ ਸਿੰਘ ਖਹਿਰਾ ਨੂੰ ਅਰੈਸਟ ਕਰਨ ਦੇ ਲਈ ਉਹਨਾਂ ਦੇ ਘਰ ਉਹਨਾਂ ਦੇ ਬੈੱਡਰੂਮ ਤੱਕ ਪਹੁੰਚ ਚੁੱਕੀ ਹੈ। ਸੋ ਦੋਸਤੋ ਵੱਡੀ ਖਬਰ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਹੋਈ ਹੈ। ਤੁਹਾਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਖਿਲਾਫ ਹਮੇਸ਼ਾ ਬੋਲਦੇ ਰਹਿੰਦੇ ਸੀ, ਹਮੇਸ਼ਾ ਉਹ ਕੋਈ ਨਾ ਕੋਈ ਮੁੱਦਾ ਲੈ ਕੇ ਆਉਂਦੇ ਸੀ, ਤੱਥਾਂ ਦੇ ਆਧਾਰ 'ਤੇ ਗੱਲ ਕਰਦੇ ਸੀ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਰਾਘਵ ਚੱਡੇ ਦੇ ਵਿਆਹ ਨੂੰ ਲੈ ਕੇ ਤੱਥ ਸਾਹਮਣੇ ਲਿਆਉਂਦੇ ਸੀ ਕਿ ਜਿਹੜਾ ਬੰਦਾ 2.5 ਲੱਖ ਰੁਪਏ ਦੀ ਰਿਟਰਨ ਭਰਦਾ ਉਹ ਬੰਦਾ ਅੱਜ ਕਰੋੜਾਂ ਦਾ ਵਿਆਹ ਕਰਵਾ ਰਿਹਾ, ਵਿਆਹ ਦੇ ਉੱਤੇ ਕਰੋੜਾਂ ਦਾ ਖਰਚਾ ਕਰ ਰਿਹਾ, ਇਹ ਕਿਵੇਂ ਹੋ ਰਿਹਾ? ਸੋ ਦੋਸਤੋ ਇਸ ਤੋਂ ਬਾਅਦ ਹੁਣ ਜਿਹੜੀ ਇੱਕ ਵੱਡੀ ਖਬਰ ਇਹ ਸਾਹਮਣੇ ਆਈ ਹੈ, ਸੁਖਪਾਲ ਸਿੰਘ ਖਹਿਰਾ ਨੇ ਲਾਈਵ ਕਰਕੇ ਦਿਖਾਇਆ ਕਿ ਪੁਲਿਸ ਉਹਨਾਂ ਦੇ ਘਰੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਹੈ। ਸੋ ਦੋਸਤੋ ਗ੍ਰਿਫਤਾਰੀ ਦੇ ਕਾਰਨ ਹਾਲੇ ਤੱਕ ਨਹੀਂ ਪਤਾ ਲੱਗੇ। ਸੁਖਪਾਲ ਸਿੰਘ ਖਹਿਰਾ ਵੀ ਪੁਲਿਸ ਨੂੰ ਵਾਰ ਵਾਰ ਪੁੱਛਦੇ ਰਹੇ ਕਿ ਮੈਨੂੰ ਦੱਸੋ ਮੈਨੂੰ ਕਿਉਂ ਅਰੈਸਟ ਕੀਤਾ ਜਾ ਰਿਹਾ, ਪਰ ਦੋਸਤੋ ਪੁਲਿਸ ਕੁਛ ਨਹੀਂ ਦੱਸਦੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਵੇਲੇ ਦੀ ਵੱਡੀ ਖਬਰ ਕਿ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।